ਕੈਬਨਿਟ ਨੇ 3 ਤਲਾਕ ਤੇ ਬਿੱਲ ਨੂੰ ਦਿੱਤੀ ਮਨਜ਼ੂਰੀ। ਰਵੀ ਸ਼ੰਕਰ ਪ੍ਰਸਾਦ। ਕੈਬਨਿਟ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਕਹਿਣਾ ਹੈ ਕਿ ਕੇਂਦਰੀ ਕੈਬਨਿਟ ਨੇ 3 ਤਲਾਕ ਤੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਹੁਤ ਹੀ ਮਹੱਤਵਪੂਰਨ ਫੈਸਲਾ ਕਰਤੇ ਹੋਏ 3 ਤਲਾਕ ਕੇ ਬਾਰੇ ਮੇਂ ਇੱਕ ਆਰਡੀਨੈਂਸ ਆਜ ਅਪਰੂਵ ਕਰ ਦਿਆ ਹੈ। ਆਪਕੋ ਮਾਲੂਮ ਹੈ ਕਿ ਪਹਿਲੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਆ ਥਾ, ਉਸ ਫੈਸਲੇ ਮੇਂ 3 ਤਲਾਕ ਕੋ ਨਿਰਸਤ ਕੀਆ ਥਾ। 2 ਜੱਜ ਨੇ ਪਾਇਆ ਥਾ ਕਿ ਆਰਬਿਟਰਰੀ ਅਨਕੋਨਸਟੀਟਿਊਸ਼ਨਲ ਹੈ। 1 ਜੱਜ ਨੇ ਕਿਹਾ ਥਾ ਕਿ ਇਹ ਪਾਪ ਹੈ, ਜੋ ਪਾਪ ਹੈ ਵੈਧਾਨਿਕ ਕੈਸੇ ਹੋਗਾ। ਔਰ ਉਸਕੇ ਬਾਅਦ ਫਿਰ ਬਾਕੀ 2 ਜੱਜ ਨੇ ਕਿਹਾ ਕਿ ਇਸ ਪਰ ਪਾਰਲੀਮੈਂਟ ਕਾਨੂੰਨ ਬਣਾਏ, ਤਬ ਤੱਕ 6 ਮਹੀਨੇ ਕੇ ਲਈ ਇਸਕੋ ਰੋਕ ਦੇਤੇ ਹੈ। ਇਹ ਨਿਰਣੇ ਆਪਕੋ ਮਾਲੂਮ ਹੈ ਪਿਛਲੇ ਸਾਲ ਕਾ ਥਾ। ਲੋਕ ਸਭਾ ਸੇ ਹਮਨੇ ਇਸਕੋ ਪਾਰਿਤ ਕਰਾਇਆ, ਰਾਜ ਸਭਾ ਮੇਂ ਲਟਕ ਗਿਆ। ਔਰ ਮੈਂ ਆਪਕੇ ਸਾਹਮਨੇ ਇੱਕ ਸਟੈਟਿਸਟਿਕ ਦੇਣਾ ਚਾਹਤਾ ਹੂੰ। अभी तक 430 3 तलाक की घटनाएं हमें मालूम हुई हैं, जो हम जानकारी प्राप्त कर पाए हैं विभिन्न स्रोतों से, जिसमें 229 जजमेंट के पहले के, तुरंत उसी साल के, और 201 जजमेंट के बाद के। और यह संख्या है जनवरी 2017 से सितंबर 13, 2018 तक। इसको इतना अपडेट किया है। वॉट इज इंपॉर्टेंट इज दैट द इंस्टेंस ऑफ 3 तलाक कॉन्टिन्यूज अनअबेटेड इन स्पाइट ऑफ द सुप्रीम कोर्ट हैविंग एनल्ड इट, इन स्पाइट ऑफ द पैसेज ऑफ द बिल बाय द लोकसभा एंड द बिल पेंडिंग इन द राज्यसभा।